चलो फिर ठीक है, मैं करवाना होगा ना फिर कार्रवाई लिखनी होगी ना, मैं लिख के भेज दिया। बलदेव सिंह बंटवा जिला मीत प्रधान किसान संघर्ष कमेटी कोटबुद्धा, जिहड़ी साडी नशा छुड़ाऊ कमेटी बनी आ उहदा मैं मैंबर आ। असीं अज तों महीना पहलां जिहड़ा वा सारा पिंड नगर इकट्ठा हो के मीटिंग करके ते थानेदार साहब नूं असीं दरखास्त दे के गए लिखती, उहदा बकायदा नंबर लवा के उहदे उत्ते इन्हां ने कोई गल नहीं कीती। इह असीं अज तों 5 महीने पहलां तुरे आ, जदों कि इत्थे हुंदे सी नागोके साहब एस एच ओ, उहनां नूं मैं आख्या सी ਉਹ ਮੁੰਡੇ ਜੇ ਸਰਗਰਮ ਹੋਏ ਤੇ ਉਹਨੇ ਚਿਰ ਨੂੰ ਉਹਨਾਂ ਦੀ ਬਦਲੀ ਹੋ ਗਈ। ਇਹ ਆ ਗਏ ਇਹਨਾਂ ਕੋਲ, ਅਸੀਂ ਘੱਟ ਤੋਂ ਘੱਟ 8-7 ਵਾਰ ਜਾ ਚੁੱਕੇ ਹਾਂ। ਜਦੋਂ ਅਸੀਂ ਜਾਂਦੇ ਹਾਂ ਆਉਂਦੇ ਜੀ ਤੁਸੀਂ ਦੱਸੋ ਬੰਦੇ ਕਿਹੜੇ ਆ, ਦੱਸੋ ਜੇ ਅਸੀਂ ਬੰਦੇ ਦੱਸਣੇ ਹਾਂ ਇਹ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਕਾਹਦਾ ਲੈਂਦੇ ਆ। ਇਹ ਜਿਹੜੀ ਸਮੈਕ ਵਿਕਦੀ ਸਾਡੇ ਪਿੰਡ ਵਿੱਚ ਐਸ ਐਚ ਓ ਸਾਹਿਬ ਦੀ ਨਿਗਰਾਨੀ ਹੇਠ ਵਿਕਦੀ ਆ, ਇਹ ਹਿੱਸਾ ਲੈਂਦੇ ਆ, ਮਹੀਨੇ ਇਹਨਾਂ ਦੇ ਬੱਚੇ ਆ। ਅਤੇ ਬਾਕੀ ਅਸੀਂ ਐਸ ਐਸ ਪੀ ਸਾਹਿਬ ਤਰਨ ਤਾਰਨ ਅਤੇ ਡੀ ਜੀ ਪੀ ਸਾਹਿਬ ਜਿਹੜੇ ਪੰਜਾਬ ਦੇ ਆ ਤੇ ਮੁੱਖ ਮੰਤਰੀ ਸਾਹਿਬ ਅੱਗੇ ਬੇਨਤੀ ਕਰਦੇ ਆ ਵੀ ਮਿਹਰਬਾਨੀ ਕਰਕੇ ਸਾਨੂੰ ਇਹਨਾਂ ਦੋ ਬੱਚਿਆਂ ਦਾ ਇਨਸਾਫ ਦਵਾਇਆ ਜਾਏ। ਇੱਕ ਚਕਵਾਲੀਆਂ ਦਾ ਮਰਿਆ ਆ ਬਲਦੇਵ ਸਿੰਘ ਮੁੰਡਾ, ਉਹ ਚਕਵਾਲੀਆਂ ਵਾਲੇ ਸਰਪੰਚ ਦਾ ਭਰਾ ਆ। ਇੱਕ ਇਹ ਮੁੰਡਾ ਨਿਸ਼ਾਨ ਸਿੰਘ ਮਰਿਆ ਆ, ਇੱਕ ਇਹਦਾ ਭਰਾ ਅੱਗੇ ਮਰ ਚੁੱਕਾ ਆ, ਇਹਦਾ ਪਿਓ ਵੀ ਅੱਗੇ ਨਸ਼ੇ ਨਾਲ ਮਰਿਆ ਸੀ। ਪਰ ਇਹ ਜਿਹੜੀ ਆ ਨਸ਼ਾ ਤਾਂ ਵੇਖਦਾ ਆ, ਉਸ ਦੀ ਨਿਗਰਾਨੀ ਹੇਠ ਵਿਕਣ ਡਿਆ। ਜੇ ਕੋਈ ਪੁੱਛ ਕਰਨਾ ਚਾਹੁੰਦੀ ਤਾਂ ਬੰਦੇ ਫੜ ਸਕਦੀ ਸੀ। ਜਦੋਂ ਇਹ ਜਾਂਦੇ ਆ ਇੱਥੋਂ ਤੁਰਦੇ ਆ ਤਾਂ ਨਾਲ ਹੀ ਫੋਨ ਕਰ ਦਿੰਦੇ ਆ ਵੀ ਅਸੀਂ ਆ ਗਏ ਜੀ, ਉਹ ਭੱਜ ਜਾਂਦੇ ਆ। ਫਿਰ ਆਉਂਦੇ ਸਾਨੂੰ ਮਿਲਦਾ ਕੁਛ ਨਹੀਂ, ਜੇ ਅਸੀਂ ਜਾਂਦੇ ਸਾਨੂੰ ਆਉਂਦੇ ਜੀ ਤੁਸੀਂ ਰਿਕਵਰੀ ਕਰਾਓ। ਦੱਸੋ ਜੇ ਅਸੀਂ ਰਿਕਵਰੀ ਕਰਾਉਣੀ ਹੈ ਤਾਂ ਫਿਰ ਵਰਦੀਆਂ ਲਾ ਕੇ ਘਰ ਨੂੰ ਜਾਣ, ਫਿਰ ਅਸੀਂ ਆਪੇ ਕਰ ਲਾਂਗੇ। ਫਿਰ ਇਹਨਾਂ ਦੀ ਕੀ ਲੋੜ ਆ ਸਾਨੂੰ? ਜੇ ਪ੍ਰਸ਼ਾਸਨ ਨੇ ਸਾਨੂੰ ਇਹ ਨਿਆਂ ਨਾ ਦਿੱਤਾ ਤਾਂ ਅਸੀਂ ਸਰਕਾਰ ਨੂੰ ਤਾਂ ਪ੍ਰਸ਼ਾਸਨ ਨੂੰ 10 ਦਿਨਾਂ ਦਾ ਅਲਟੀਮੇਟਮ ਦਿੰਦੇ ਹਾਂ ਜਥੇਬੰਦੀ ਵੱਲੋਂ ਵੀ ਜੇ ਤੁਸੀਂ ਨਾ ਕੀਤਾ ਅਸੀਂ ਵੱਡੇ ਤੋਂ ਵੱਡਾ ਅੱਛੇ ਕਰਾਂਗੇ। ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਸਾਹਿਬ, ਇਹ ਐਸ ਐਚ ਓ ਐਸ ਥਾਣੇ ਦੇ ਜਿੰਨੇ ਵੀ ਮੁਲਾਜ਼ਮ ਨੇ ਇਹਨੇ ਸਾਰਿਆਂ ਨੂੰ ਸਸਪੈਂਡ ਕੀਤਾ ਜਾਵੇ। ਇੱਕ ਐਸ ਐਚ ਓ ਨਹੀਂ, ਸਾਰੇ ਹੀ, ਇੱਕ ਵੱਡੀ ਹੋਈ, ਕਿਉਂ ਇਹਨੇ ਸਾਰਿਆਂ ਦੀ ਰਲੀ ਮਿਲੀ ਭੁਗਤਿਆ, ਸਾਰੇ ਪੈਸੇ ਲੈਂਦੇ, ਇੱਕ ਨਹੀਂ ਲੈਂਦਾ। ਇਸ ਕਰਕੇ ਜੇ ਸਾਨੂੰ ਨਿਆਂ ਮਿਲਿਆ ਆਉਣ ਵਾਲੇ ਸਮੇਂ ਦੇ ਵਿੱਚ 10 ਦਿਨਾਂ ਬਾਅਦ ਅਸੀਂ ਕੋਈ ਆਪਦਾ ਬਹਿ ਕੇ ਮੀਟਿੰਗ ਕਰਕੇ ਸਾਰਾ ਇਲਾਕਾ ਅਤੇ ਕੋਈ ਵੱਡਾ ਐਕਸ਼ਨ ਲਾਉਣ ਨੂੰ ਮਜਬੂਰ ਹੋਵਾਂ। ਕੀ ਨਾਮ ਤੁਹਾਡਾ? ਹਾਂਜੀ, ਮੈਂ ਮਾਸਟਰ ਸਤਨਾਮ ਸਿੰਘ ਮਨਾਵਾ, ਪ੍ਰਧਾਨ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ। ਉੱਚੀ ਬੋਲੋ। ਅਸੀਂ ਅੱਜ ਇੱਥੇ ਬਲਟੋਆ ਨਗਰ ਪਹੁੰਚੇ ਹਾਂ, ਜਿੱਥੇ ਕਿ ਇੱਕ ਨੌਜਵਾਨ ਨੇ ਜਿਹੜਾ ਇੰਜੈਕਸ਼ਨ, ਦੋ ਨੌਜਵਾਨ ਉਹਨਾਂ ਨੇ ਇੰਜੈਕਸ਼ਨ ਲਾ ਗਿਆ, ਲਾ ਕੇ ਉਹਨਾਂ ਦੀ ਜਿਹੜੀ ਆ ਹੱਤਿਆ ਹੋ ਚੁੱਕੀ ਆ। ਔਰ ਇਹਦਾ ਸਮੁੱਚਾ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਦੀ ਆ। ਪਿੰਡ ਬਲਟੋਏ ਦੇ ਨਗਰ ਨੇ ਇੱਕ ਨਸ਼ਾ ਛੁਡਾਊ ਕਮੇਟੀ ਜਿਹੜੀ ਆ ਉਹ ਵੀ ਬਣਾਈ ਆ, ਇਹਦੇ ਵਾਸਤੇ ਵਾਰ ਵਾਰ ਦਰਖਾਸਤਾਂ ਦੇ ਚੁੱਕੇ ਆ ਪੁਲਿਸ ਪ੍ਰਸ਼ਾਸਨ ਨੂੰ। ਪਰ ਇਹ ਮੌਤ ਦਾ ਜ਼ਿੰਮੇਵਾਰ ਅੱਜ ਪੁਲਿਸ ਪ੍ਰਸ਼ਾਸਨ ਆ, ਇਹ ਇਹਨਾਂ ਦੀ ਨਲਾਇਕੀ ਆ। ਅਤੇ ਜੇ ਇੱਦਾਂ ਹੀ ਜਵਾਨ ਪੁੱਤ ਨਸ਼ੇ ਕਰ ਕਰਕੇ ਜਹਾਨ ਤੋਂ ਤੁਰਦੇ ਗਏ ਤਾਂ ਇਹਦੀ ਜ਼ਿੰਮੇਵਾਰ ਕੌਣ ਆ? ਜ਼ਿੰਮੇਵਾਰ ਤਾਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਆ ਨਾ। ਇਸ ਕਰਕੇ ਅਸੀਂ ਪੰਜਾਬ ਪੁਲਿਸ ਦੇ ਖਿਲਾਫ ਸਖ਼ਤ ਐਕਸ਼ਨ ਲਵਾਂਗੇ, ਇਹ 'ਤੇ ਅਸੀਂ ਕਾਰਵਾਈ ਕਰਾਂਗੇ। ਇਹ ਜਿਹੜੇ ਐਸ ਐਚ ਓ ਆ ਬਲਟੋਆ, ਇਹ 'ਤੇ ਅਸੀਂ ਸਖ਼ਤ ਤੋਂ ਸਖ਼ਤ ਐਕਸ਼ਨ ਲਵਾਂਗੇ ਅਤੇ ਇਹਨੂੰ ਸਸਪੈਂਡ ਕਰਾ ਕੇ ਘਰ ਨੂੰ ਭੇਜਾਂਗੇ। ਇਹ 'ਤੇ ਅਸੀਂ CM ਮਾਣਯੋਗ CM ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਐਸ ਐਚ ਓ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਸ ਹੱਤਿਆ ਦਾ ਪਰਚਾ ਆਵੇ 302 ਦਾ ਜੇ ਪਰਚਾ ਬਣਦਾ ਹੈ ਤਾਂ ਇਸ ਐਸ ਐਚ ਓ ਦਾ ਬਣਦਾ ਹੈ, ਕਿਉਂਕਿ ਇਹ ਐਸ ਐਚ ਓ ਦੇ ਕਰਕੇ ਇਹ ਜਿਹੜਾ ਅੱਜ ਦੇ ਮੁੰਡੇ ਦੀ ਡੈਥ ਹੋਈ ਆ, ਨੌਜਵਾਨ ਮੁੰਡਾ ਹੈ, ਉਹਦਾ ਉਹਨਾਂ ਦਾ ਪਿੱਛੋਂ ਵਾਲੀ ਵਾਰਸ ਕੌਣ ਹੈਗਾ? ਉਹ ਪਰਿਵਾਰ ਨੂੰ ਕੌਣ ਸੰਭਾਲੂਗਾ? ਇਸ ਕਰਕੇ ਸਾਡੀ ਡਿਮਾਂਡ ਹੈ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੀ ਕਿ ਇਹਨਾਂ 'ਤੇ ਇਸ ਐਸ ਐਚ ਓ 'ਤੇ 302 ਦਾ ਪਰਚਾ ਆਵੇ। ਜੇ ਪੁਲਿਸ 'ਤੇ ਪਰਚਾ ਆਏਗਾ ਤਾਂ ਫਿਰ ਹੀ ਇਹਨਾਂ ਨੂੰ ਸਮਝ ਲੱਗੇਗੀ, ਫਿਰ ਹੀ ਪਿੰਡਾਂ ਦੇ ਵਿੱਚ ਜਾ ਕੇ ਰੇਡ ਕਰਨਗੇ ਅਤੇ ਨਸ਼ਿਆਂ ਵਾਲਿਆਂ ਨੂੰ ਚੁੱਕਣਗੇ। ਇਹ ਨਸ਼ਿਆਂ ਦੇ ਵਪਾਰੀ ਆ, ਇਹ ਆਪ ਨਸ਼ਾ ਵਿਕਾ ਰਹੇ ਨੇ, ਕਿਉਂਕਿ ਇਹ ਜਿਹੜੇ ਨੌਜਵਾਨ ਆ ਇਹਦੇ ਨੇਤੀ ਪਿੰਡਾਂ ਦੇ ਵਿੱਚ ਲੋਕ ਰੋਣ ਡਏ ਨੇ ਅਤੇ ਪੁਲਿਸ ਰਿਮਾਂਡ ਨਾਲ ਆਪਦੇ ਹੱਥ 'ਤੇ ਹੱਥ ਧਰ ਕੇ ਬੈਠੀ ਆ। ਇਹਨਾਂ ਨੌਜਵਾਨਾਂ ਦਾ, ਇਹਨਾਂ ਦਾ ਜ਼ਿੰਮੇਵਾਰ ਕੌਣ ਹੈ? ਸਾਨੂੰ ਇਹ ਪੁਲਿਸ ਪ੍ਰਸ਼ਾਸਨ CM ਸਾਹਿਬ ਇਸ ਗੱਲ ਦਾ ਜਵਾਬ ਦੇਣ।
नहीं ना जे इस एस एच ओ ते कार्रवाई ना आई तो अं आने वाले समय के वड्डा एक्शन लवेंगे। असं इन्हों 10 दिन का अल्टीमेटम दें, इस तो बाद इस एच ओ असं वे पद्धर से धरना लवेंगे जे इन्हों की कार्रवाई ना की जाए। धन्यवाद। हाँ जी डॉक्टर साहब, की गल हुई है, की चक्कर बनया इन्होंने? दो लड़के है गड्डी ते लैके आए हैगे ते कहिंदे कोई इन्हां ने नशा पता कीता, इन्हां दी ओह डैथ होई दोवां दी, जदों मेरे को आए उदों ते डैथ हो चुकी इन्हां। अच्छा, पता लगा की नाम सी, कित्थों दे हैगे? इक ते चकवालियां दा मेरे ख्याल दस्सदे, इक ते बोए दा। अच्छा, दोवां नौजवान किन्नी केज होगी? दोवां नौजवान मुंडे ने, 30-32 साल दे मुंडे नौजवान। ते पता लगा किस तरीके नाल होई होगी इन्हां दी मौत? इह तां पता लगेगा वी की गल बणी आ। वैसे दोवें दस्सदे दे लागे गड्डी दे नाल ही डैथ हुई पई, गड्डी नाल सी इन्हां दी। ठीक है।